ਹੁੰਦਾ, ਟੈਨਸ਼ਨਾਂ ਇਹ ਹੁੰਦੀਆਂ ਨਹੀਂ ਆ, ਅਸੀਂ ਭਲੇ ਕਰਦੇ ਹਾਂ। ਕਿਹੜੀ ਕਿਹੜੀ ਬਿਮਾਰੀ ਪੂਰੀ ਕਰਦੇ ਹਾਂ ਸਾਨੂੰ ਕਿਸੇ ਨੂੰ ਨਹੀਂ ਪਤਾ। ਔਰ ਇਹਨਾਂ ਦੀ ਹਾਲਾਤਾਂ ਦੇ ਵਿੱਚ, ਚੈਲੇਂਜਿੰਗ ਹਾਲਾਤਾਂ ਦੇ ਵਿੱਚ ਆਪਣੀ 58 ਸਾਲ ਦੀ ਉਮਰ ਪੂਰੀ ਕਰਕੇ ਜਾਂ ਸਰਕਾਰੀ ਸੇਵਾ ਪੂਰੀ ਕਰਕੇ ਕਿਸੇ ਬੰਦੇ ਦਾ ਸੇਵਾ ਹੋਣਾ ਮੇਰਾ ਖਿਆਲ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਹੀ ਮਤਲਬ ਉਹ ਵਿਅਕਤੀ ਮਿਲ ਪਾਏ ਮੈਂ ਕਹੂੰਗਾ ਜਿਹੜਾ ਆਪਣੀ ਸੇਵਾ ਜਿਹੜੀ ਆ ਤੰਦਰੁਸਤੀ ਦੇ ਨਾਲ ਹੋਈ। ਔਰ ਇਹ ਦਾਗ ਦੂਜੀ ਲੰਬੇ ਸ਼੍ਰੀ ਰਾਤਪੁਰ ਕੇ ਅਸੀਂ ਨਾਲ ਨਾਲ ਜੀ ਦਾ ਵਾਸਤਾ ਜਿਹੜਾ ਹੈਗਾ ਇਹ 1983 ਤੋਂ ਅਸੀਂ ਧੱਕੇ ਮਤਲਬ ਆਪਣੀ ਪੜ੍ਹਾਈ ਸ਼ੁਰੂ ਕੀਤੀ ਮੈਟ੍ਰਿਕ ਤੋਂ ਬਾਅਦ ਭਰਾਵਾਂ ਦੇ ਤੌਰ 'ਤੇ ਅਸੀਂ ਆਪਣੀ ਜ਼ਿੰਦਗੀ ਨੂੰ ਧੱਕੀ ਬਸਰ ਕੀਤੀ ਹੈ। ਅਤੇ ਮੇਰੇ ਰਿਲੇਟਿਵ ਜਿਹੜੇ ਨੇ ਉਹਨਾਂ ਦੇ ਉਹਨਾਂ ਦਾ ਮੇਰੇ ਨਾਲ ਵੱਧ ਸ਼੍ਰੀ ਰਾਜਪੁਰ ਕੈਦ ਜੀ ਨਾਲ ਪਿਆਰ ਹੈ। ਮੇਰੀ ਮਾਸੀ ਜੀ ਬਠਿੰਡੇ ਆ, ਮੈਂ ਤੁਹਾਡੇ ਬੈਗ 'ਤੇ ਪਰ ਲੈ ਕੇ ਜਾਊਂਗਾ। ਬਠਿੰਡੇ ਸੀ ਮੇਰੇ ਮਾਸੀ ਜੀ, ਮੇਰੇ ਮਾਸੀ ਜੀ ਰੇਲਵੇ ਦੇ ਵਿੱਚ ਸਰਵਿਸ ਕਰਦੇ ਸੀ ਅਤੇ ਉਹ ਮੇਰੇ ਤੋਂ ਵੀ ਵੱਧ ਉਹਨਾਂ ਦਾ ਕੰਮ ਸੀ। ਆਪਣਾ ਸਮਝ ਹਰ ਤਰ੍ਹਾਂ ਦੀ ਮਤਲਬ ਘਰ ਦੇ ਵਿੱਚ ਪੂਰੀ ਮੁਸ਼ਕਲ ਇਹਨਾਂ ਦੇ ਨਾਲ ਇਹ ਮਤਲਬ ਸਟੈਂਡ ਕਰਦੇ ਆ ਉਸ ਵਿਅਕਤੀ ਦੇ ਨਾਲ। ਇਹ ਆਪਣੀ ਕਲਾ ਦੇ ਨਾਲ, ਆਪਣੇ ਗੁਣਾਂ ਦੇ ਨਾਲ ਇਹ ਹਰ ਵਿਅਕਤੀ ਦਾ ਆਪਣਾ ਬਣ ਜਾਂਦੀ ਹੈ। ਇਹਨਾਂ ਦੀ ਸਮਰੱਥ ਜਿਹੜੀ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦੀ ਆ। ਜੇ ਦੌੜ ਪੈਂਦੀ ਜ਼ਿੰਦਗੀ ਆ, ਹਰ ਬੰਦਾ ਆਪਣੇ ਵਾਸਤੇ ਸੋਚਦਾ ਤਾਂ ਕਿਸੇ ਵਾਸਤੇ ਨਹੀਂ ਸੋਚਦਾ। ਮੈਂ ਇੱਥੋਂ ਸ਼੍ਰੀ ਰਾਜਪਾਲ ਦੀ ਕੈਦ, ਉਹਨਾਂ ਦੀ ਰਿਟਾਇਰਮੈਂਟ ਪਾਰਟੀ ਦੇ ਮੌਕੇ 'ਤੇ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਔਰ ਇਸ ਮੌਕੇ ਦੇ ਉੱਪਰ, ਇਸ ਮੁਬਾਰਕ ਮੌਕੇ 'ਤੇ ਅਸੀਂ ਮਿਸਟਰ ਰਾਜਪਾਲ ਕੈਦ ਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ
ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਉਹ ਆਪਣੀ ਉਹਨਾਂ ਦੀ ਸੇਵਾ ਮੁਕਤੀ ਇਸ ਸਕੂਲ 'ਚ ਹੋਈ ਆ ਜਿੱਥੇ ਉਹਨਾਂ ਨੇ 21 ਸਾਲ ਲਗਾਤਾਰ ਕੰਮ ਕੀਤਾ ਔਰ ਇਸ ਸਕੂਲ ਦੀ ਬਿਹਤਰੀ ਵਾਸਤੇ ਉਹਨਾਂ ਨੇ ਆਪਣਾ ਦਿਨ ਰਾਤ ਇੱਕ ਕੀਤਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ, ਇਹਨਾਂ ਨੂੰ ਪਰਿਵਾਰਕ ਸੁੱਖ ਮਿਲੇ, ਇਹਨਾਂ ਦੇ ਬੱਚੇ ਤਰੱਕੀਆਂ ਕਰਨ, ਜਿੰਨਾ ਇਹਨਾਂ ਨੇ ਲੋਕਾਂ ਦੇ ਬੱਚਿਆਂ ਵਾਸਤੇ ਚੰਗੀ ਸੋਚ ਰੱਖੀ ਹੈ ਅਤੇ ਇਹਨਾਂ ਦੇ ਬੱਚੇ ਵੀ ਅੱਗੇ ਤਰੱਕੀ ਕਰਨ। ਅਤੇ ਫਿਰ ਇੱਕ ਵਾਰੀ ਮੈਂ ਕੈਂਚੀ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਇਸ ਮੌਕੇ 'ਤੇ ਮੁਬਾਰਕਬਾਦ ਦਿੰਦਾ। ਪਿੰਡ ਚਾਲ ਫਰਦ ਦੇ ਵਿੱਚ ਰਾਜਪਾਲ ਕੈਂਥ ਜੀ ਨੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਜੀ। ਸਕੂਲ ਦੇ ਵਿੱਚ ਜਿੰਨੀ ਬਿਲਡਿੰਗ ਬਣਾਈ ਜਿੰਨੀ ਹੱਥੀਂ ਬਣਵਾਈ ਸਾਰੀ, ਐੱਨ ਆਰ ਏ ਬੰਦਿਆਂ ਦੇ ਘਰ ਘਰ ਜਾ ਕੇ ਪੈਸੇ ਲੈ ਕੇ ਜਿੰਨਾ ਵੀ ਯੋਗਦਾਨ ਸਕੂਲ ਦੇ ਸਭ ਤੋਂ ਵੱਧ ਨਹੀਂ ਪਾਇਆ। ਸਕੂਲ ਦੀ ਬਿਹਤਰੀ ਲਈ ਜੋ ਦਿਨ ਰਾਤ ਇਹਨੇ ਇੱਕ ਕੀਤਾ, ਇੱਕ ਤਾਂ ਰਾਤ ਨੂੰ ਉੱਥੇ ਬੰਦੇ ਆਏ, ਕੈਮਰੇ ਜੀ ਨੇ ਮੈਨੂੰ ਵੀ ਰਾਤ ਨੂੰ ਫੋਨ ਕੀਤਾ, ਰਾਤ ਸਾਰੋ ਨਹੀਂ ਰਾਤ ਨੂੰ 9 ਵਜੇ ਇੱਥੇ ਆਏ ਰਾਤ ਨੂੰ, ਅਤੇ ਮੈਂ ਤਾਂ ਕਿਤੇ ਬਾਹਰ ਸੀ ਅਤੇ ਨਹੀਂ ਰਾਤ ਨੂੰ ਵੀ ਆਉਂਦੇ ਰਹੇ ਇੱਥੇ ਗੇੜਾ ਮਾਰ। ਸਫਾਈ ਸਫੂਈ ਦਾ ਛੁੱਟੀਆਂ 'ਚ ਵੀ ਸਕੂਲ ਦੇ ਬਹੁਤ ਵਧੀਆ ਨੇ ਕੰਮ ਕੀਤਾ, ਪਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਜੀ। ਕੱਲ੍ਹ ਕੈਂਚੀ ਦੀ ਰਿਟਾਇਰਮੈਂਟ ਪਾਰਟੀ ਇਕੱਠੇ ਹੋਏ ਹਾਂ। ਸਰ ਦਾ ਸੁਭਾਅ ਬਹੁਤ ਹੀ ਵਧੀਆ ਸੀ, ਵੈਸੇ ਵੀ ਬਹੁਤ ਕੋਆਪਰੇਟਿਵ ਆ ਅਤੇ ਉੱਦਾਂ ਵੀ ਸੋਸ਼ਲ ਹੈਗੇ ਆ। ਅਤੇ ਸਕੂਲ 'ਤੇ ਵੀ ਸਰ ਜਿੰਨੀ ਬਿਲਡਿੰਗ ਬਣੀ ਆ ਸਾਰੀ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਬਣੀ ਆ, ਅਤੇ ਅਸੀਂ ਅੱਗੋਂ ਵੀ ਇਹੀ ਆਸ ਕਰਦੇ ਹਾਂ ਕਿ ਸਰ ਆਪਣਾ ਇੱਦਾਂ ਸਹਿਯੋਗ ਸਾਡੇ ਸਕੂਲ ਨੂੰ ਦਿੰਦੇ ਰਹੋਗੇ ਆਪਣੀਆਂ ਸੇਵਾਵਾਂ। ਅਤੇ ਬਾਕੀ ਚਲੋ ਯਾਦ ਤਾਂ ਹਮੇਸ਼ਾ ਹੀ ਇਨਸਾਨ ਦੀ ਆਉਂਦੀ ਰਹਿੰਦੀ ਆ, ਹੈ ਨਾ, ਇਹਨਾਂ ਦੇ ਕਿੱਤੇ ਕੰਮਾਂ ਦੀ ਯਾਦ ਸਾਨੂੰ ਬਹੁਤ ਆਉਂਦੀ ਆ। ਅਤੇ ਬਾਕੀ ਮੈਡਮ ਉਹਨਾਂ ਦਾ ਵੀ, ਅਮਰਜੀਤ ਕੌਰ ਦਾ, ਇਹਨਾਂ ਦਾ ਵੀ ਦੇਖੋ, ਜੇ ਆਪਾਂ ਇੱਕ ਕਹਿੰਦੇ ਹਾਂ ਵੀ ਮੈਂਬਰ ਸੋਸ਼ਲ ਹੈਗਾ ਵਾ ਇਨਸਾਨ, ਤਾਂ ਉਹਦੇ ਪਿੱਛੇ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਵਾ। ਅਤੇ ਬਾਕੀ ਹੁਣ ਮੈਡਮ ਆਸ਼ਾ ਜੀ ਦੋ ਸ਼ਬਦ ਸਰ ਬਾਰੇ ਕਹੂਗੀ। ਹਾਂਜੀ ਜੀ ਮੈਡਮ ਜੀ, ਸਤਿਕਾਰਯੋਗ ਸਮੂਹ ਹਾਜ਼ਰ ਮੈਂਬਰ ਸਾਹਿਬਾਨ, ਅੱਜ ਅਸੀਂ ਸ਼੍ਰੀ ਰਾਜਪਾਲ ਕੈਂਥ ਜੀ ਦੇ ਰਿਟਾਇਰਮੈਂਟ ਪਾਰਟੀ ਦੇ ਸੰਬੰਧ ਵਿੱਚ ਇਕੱਠੇ ਹੋਏ ਹਾਂ। ਰਾਜਪਾਲ ਸਰ ਹੁਣਾਂ ਬਾਰੇ ਜਿੰਨਾ ਵੀ ਕਿਹਾ ਜਾਵੇ ਉਹ ਬਹੁਤ ਘੱਟ ਹੈ। ਜਦੋਂ ਮੈਂ ਇੱਥੇ 2016 ਵਿੱਚ ਆਈ ਸੀਗੀ ਤਾਂ 11 ਲੱਖ ਰੁਪਏ ਦਾ ਇੱਕ ਤਰ੍ਹਾਂ ਦਾ ਸ਼ਗਨ ਹੀ ਪੈ ਗਿਆ ਸੀ ਸਕੂਲ ਨੂੰ, ਅਤੇ ਮੈਂ ਬਹੁਤ ਘਬਰਾ ਗਈ ਸੀਗੀ ਕਿ ਮੈਂ ਹੁਣ ਕੀ ਕਰਾਂਗੀ। ਪਰ ਸਰ ਹੁਣੀ ਕਹਿੰਦੇ ਵੀ ਮੈਡਮ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ, ਤੁਸੀਂ ਬਸ ਕਾਗਜ਼ ਪੱਤਰ ਹੀ ਸੰਭਾਲਣੇ ਨੇ ਅਤੇ ਤੁਸੀਂ ਬੜੇ ਆਰਾਮ ਨਾਲ ਇੱਥੇ ਸਕੂਲ ਹੀ ਬੈਠਣਾ ਹੈ। ਅਤੇ ਇਹਨਾਂ ਨੇ ਸਹਿਯੋਗ ਨਾਲ ਉਹ 11 ਲੱਖ ਰੁਪਈਆ ਵਧੀਆ ਢੰਗ ਨਾਲ ਅਸੀਂ ਖਰਚ ਕੀਤਾ। ਉਸ ਤੋਂ ਇਲਾਵਾ ਮੈਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਪਾਲ ਸਰ ਹੁਣਾਂ ਤੋਂ ਸਿੱਖੀਆਂ ਨੇ ਅਤੇ ਉਹਨਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਾਂਗੀ। ਕਿਤੇ ਵੀ ਕੋਈ ਪ੍ਰੋਬਲਮ ਆ ਜਾਵੇ ਸਰ ਹੁਣੀ ਕਹਿਣਾ ਪਰਵਾਹ ਨਹੀਂ ਕਰਨੀ ਤੁਸੀਂ, ਅਤੇ ਇਸ ਤਰ੍ਹਾਂ ਦੀਆਂ ਵੀ ਗੱਲਾਂ। ਬਾਕੀ ਕੋਈ ਔਖਾ ਸਮਾਂ ਆਵੇ ਜਾਂ ਕਿਸੇ ਬਾਰੇ ਕੋਈ ਗੱਲਬਾਤ ਹੋਵੇ, ਸਰ ਹੁਣੀ ਬੜੇ ਵਧੀਆ ਢੰਗ ਨਾਲ ਸਮਝਾਉਣਾ ਕਿਵੇਂ ਹੈਂਡਲ ਕਰਨਾ ਆ, ਕਿੱਦਾਂ ਕਰਨਾ, ਕਿਉਂਕਿ ਅਸੀਂ ਮਤਲਬ ਲੇਡੀਜ਼ ਛੇਤੀ ਘਬਰਾ ਜਾਂਦੀ ਹਾਂ। ਪਰ ਇਹਨਾਂ ਨੇ, ਇਹਨਾਂ ਤੋਂ ਜੋ ਮੈਂ ਸਿੱਖਿਆ ਆ ਉਹ ਮੈਂ ਹਮੇਸ਼ਾ ਯਾਦ ਰੱਖੂੰਗੀ। ਅਤੇ ਦੇਣ ਵਾਸਤੇ ਕੁਛ ਨਹੀਂ ਹੈ ਮੇਰੇ ਕੋਲ। ਪ੍ਰਾਇਮਰੀ ਸਕੂਲ ਵਾਸਤੇ ਮੈਂ 5100 ਰੁਪਏ ਆਪਣੇ ਕੋਲ ਦੇ ਰਿਹਾ, ਅਤੇ ਮਿਡਲ ਸਕੂਲ ਵਾਸਤੇ ਮੈਂ ਆਪਣੇ ਪਾਸ ਅਲਮਾਰੀ ਉਹਨਾਂ ਨੂੰ ਦੇ ਰਿਹਾ, ਭੇਟ ਕਰ ਰਿਹਾ ਸਕੂਲ ਵਾਸਤੇ, ਤਾਂ ਕਿ ਯਾਦ ਬਣੇ ਰਹੇ। ਠੀਕ ਹੈ। ਮੈਂ ਸਾਬਕਾ ਸਰਪੰਚ ਦੇਸਰਾਜ ਜੀ, ਪਿੰਡ ਚਾਲ ਖੜ ਤੋਂ। ਅੱਜ ਜੋ ਸਾਨੂੰ ਇਸ ਸ਼ੁਭ ਮੌਕੇ 'ਤੇ ਮੌਕਾ ਮਿਲਿਆ ਹੈ ਕਿ ਮਾਸਟਰ ਰਾਜਪਾਲ ਜੀ ਅੱਜ ਜੋ ਸਾਡੇ ਵਿੱਚੋਂ ਸਾਡੇ ਸਕੂਲ 'ਚੋਂ ਰਿਟਾਇਰਮੈਂਟ ਹੋਏ ਆ, ਇਹਨਾਂ ਦੀ ਅਸੀਂ ਜਿੰਨਾ ਝੂਠ ਬੋਲੇ ਉਨੇ ਘੱਟ, ਸਾਡੇ ਕੋਲ ਸ਼ਬਦ ਹੀ ਨਹੀਂ ਵੀ ਜਿਹਨਾਂ ਦੀ ਅਸੀਂ ਤਾਰੀਫ ਕਰ ਸਕੀਏ। ਇਹਨਾਂ ਨੇ ਆਪਣੇ ਸਕੂਲ ਨੂੰ ਇੰਨਾ ਅੱਗੇ ਲੈ ਗਿਆ ਕਿ ਅਸੀਂ ਇਹਨਾਂ ਦਾ ਹਮੇਸ਼ਾ ਰਿਣੀ ਰਹਾਂਗੇ। ਔਰ
ਸਹਿਯੋਗ ਇਹਨਾਂ ਦਾ ਇੰਨਾ ਸੀਗਾ ਕਿ ਇਹਨਾਂ ਨੇ ਆਪ ਆਪਣੇ ਮੋਟਰਸਾਈਕਲ ਦੇ ਕੇ ਆ ਜਿਸ ਚੀਜ਼ ਤਰ੍ਹਾਂ ਜ਼ਰੀਏ ਵੀ ਇਹਨਾਂ ਨੇ ਕੰਮ ਕਰਨਾ ਚਾਹਿਆ ਇਹਨਾਂ ਨੇ ਕੀਤਾ। ਲੋਕਾਂ ਕੋਲੋਂ ਪਿੰਡ ਦੇ ਵਿੱਚੋਂ ਅਗਵਾਈ ਕਰਨੀ ਔਰ ਉਹਨੂੰ ਅੱਛੇ ਤਰੀਕੇ ਨਾਲ ਇਮਾਨਦਾਰੀ ਨਾਲ ਲਾਉਣਾ ਇੱਕ ਬਹੁਤ ਹੀ ਸਾਡੇ ਲਈ ਇਹ ਵਧੀਆ ਟੀਚਰ ਸੀਗੇ ਜੋ ਕਿ ਹਮੇਸ਼ਾ ਹੀ ਸਾਡੇ ਬੱਚਿਆਂ ਨੂੰ ਸਾਡੇ ਪਿੰਡ ਨੂੰ ਹਮੇਸ਼ਾ ਸਾਥ ਦਿੰਦੇ ਰਹੇ। ਅਸੀਂ ਦੁਬਾਰਾ ਫਿਰ ਇੱਕ ਵਾਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਦਿਨ ਰਾਤ ਦੁੱਗਣੀ ਤਰੱਕੀ ਪਰਮਾਤਮਾ ਬਖਸ਼ੇ। ਬਹੁਤ ਹੀ ਸਤਿਕਾਰਯੋਗ ਨਗਰ ਦੇ ਸਰਪੰਚ ਸਾਹਿਬ ਮੈਡਮ ਜਸਮੀਨਾ ਕੁਮਾਰੀ ਜੀ, ਸਾਬਕਾ ਸਰਪੰਚ ਸ਼੍ਰੀ ਜੇਸਰਾਜ ਜੀ, ਚੇਅਰਮੈਨ ਸ਼੍ਰੀ ਸੋਮਨਾਥ ਜੀ ਅਤੇ ਚੇਅਰਮੈਨ ਸ਼੍ਰੀ ਮਹਿੰਦਰ ਸਿੰਘ ਜੀ, ਪੰਚ ਮੈਡਮ ਸੰਤੋਸ਼ ਕੁਮਾਰੀ ਜੀ ਅਤੇ ਪੰਚ ਰਘਵੀਰ ਸਿੰਘ ਜੀ ਅਤੇ ਭੁਪਿੰਦਰ ਸਿੰਘ ਜੀ ਮੇਰੇ ਸਾਥੀ ਅਤੇ ਮੈਡਮ ਵੰਦਨਾ ਜੀ ਕਸੂਰਪੁਰ ਤੋਂ ਜੋ ਕਿ ਪਹਿਲਾਂ ਇੱਥੇ ਪ੍ਰਾਇਮਰੀ ਸਕੂਲ ਵਿੱਚ ਹੀ ਸਨ। ਉਹ ਅੱਜ ਸਾਰੇ ਸੱਜਣ ਸਾਰੇ ਪਿੰਡ ਵਾਸੀ ਮੇਰੀ ਰਿਟਾਇਰਮੈਂਟ 'ਤੇ ਆਏ ਹਨ। ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਸ਼ੋਰਟ ਸਮੇਂ ਦੇ ਵਿੱਚ ਹੀ ਇਹਨਾਂ ਨੇ ਅਸੀਂ ਮੈਸੇਜ ਦਿੱਤਾ ਅਤੇ ਪਹੁੰਚੇ ਹੈਗੇ ਆ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੈਗਾ। ਮੈਂ ਖਾਸ ਕਰਕੇ ਸ਼੍ਰੀ ਬਲਵਿੰਦਰ ਬਿੱਟਾ ਜੀ ਯੂ ਐੱਸ ਏ ਵਾਲਿਆਂ ਨੇ ਮੈਨੂੰ 5100 ਰੁਪਇਆ ਸਗਨ ਦੇ ਤੌਰ 'ਤੇ ਭੇਜਿਆ ਹੈਗਾ, ਮਾਣ ਦੇ ਤੌਰ 'ਤੇ ਭੇਜਿਆ ਉਹਨਾਂ ਨੇ। ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ। ਮੈਂ ਐਲਾਨ ਕਰਦਾ ਹਾਂ ਕਿ ਜਿਹੜੇ ਉਹਨਾਂ ਨੇ ਮੇਰਾ ਹੌਸਲਾ ਵਧਾਈ ਕੀਤੀ ਆ, ਮੈਂ ਇਹ ਜਿਹੜੇ ਹੈਗੇ ਆ ਪੈਸੇ ਸਕੂਲ ਦੀ ਬਿਹਤਰੀ ਵਾਸਤੇ ਸਰ ਮਹੇਸ਼ਪਾਲ ਜੀ ਨੂੰ ਦੇ ਕੇ ਜਾਵਾਂਗਾ। ਬਹੁਤ ਹੀ ਲੰਬਾ ਸਮਾਂ ਮੈਂ ਇਸ ਪਿੰਡ ਦੇ ਵਿੱਚ ਸਰਵਿਸ ਕੀਤੀ ਆ, ਲਗਭਗ 21 ਸਾਲ। 15 ਦਸੰਬਰ 1998 ਨੂੰ ਮੈਂ ਇੱਥੇ ਮਿਡਲ ਸਕੂਲ 'ਚ ਆਇਆ ਸੀ ਅਤੇ 2012 ਦੇ ਵਿੱਚ ਮੇਰੀ ਇੱਥੋਂ ਪੋਸਟ ਸਰਪਲਸ ਹੋ ਕੇ ਜੱਬੂਵਾਲ ਚਲ ਗਏ ਸੀ ਅਤੇ ਦੁਬਾਰਾ 16 'ਚ ਮੁੜ ਕੇ ਦੁਬਾਰਾ ਫਿਰ ਵਾਪਸ ਆਇਆ ਹੈਗਾ ਅਤੇ ਮੌਕਾ ਮਿਲਿਆ ਦੁਬਾਰਾ ਇਸ ਪਿੰਡ ਦੀ ਸੇਵਾ ਕਰਨ ਦਾ। NRI ਵੀਰਾਂ ਦਾ, ਭਗਵੰਤੇ ਸੱਜਣਾਂ ਦਾ ਮੈਨੂੰ ਬਹੁਤ ਸਹਿਯੋਗ ਮਿਲਿਆ। ਇਹਨਾਂ ਦੇ ਸਹਿਯੋਗ ਸਦਕਾ ਹੀ ਮੈਂ ਸਕੂਲ ਦੀ ਬਿਹਤਰੀ ਵਾਸਤੇ ਕੰਮ ਕੀਤਾ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ, NRI ਵੀਰਾਂ ਦਾ ਵੀ, ਅਤੇ ਇਹਨਾਂ ਨੇ ਸਕੂਲ ਦੇ ਵਾਸਤੇ ਆਪਣਾ ਸਹਿਯੋਗ ਦੇ ਕੇ ਸਕੂਲ ਨੂੰ ਦੇਖਣ ਨੂੰ ਵਧੀਆ ਬਣਾਇਆ। ਮੈਂ ਤਾਂ ਸਿਰਫ ਜ਼ਰੀਆ ਬਣਿਆ ਅਤੇ ਮੇਰੇ ਸਾਥੀਆਂ ਨੇ ਸ਼੍ਰੀ ਦੇਸ਼ਰਾਜ ਜੀ ਹੋਣਾ ਨੇ, ਮੈਡਮ ਸਰ ਮਹਿੰਦਰ ਸਿੰਘ ਜੀ ਹੋਣਾ ਨੇ, ਸਰ ਚੇਅਰਮੈਨ ਸੋਮਨਾਥ ਜੀ ਹੋਣਾ ਨੇ ਵੀ ਮੇਰੀ ਬਹੁਤ ਮਦਦ ਕੀਤੀ ਹੈਗੀ ਹੈ ਅਤੇ ਇਹਨਾਂ ਦੇ ਸਦਕਾ ਹੀ ਇਸ ਬਿਲਡਿੰਗ ਨੂੰ ਸਿਰ ਨੈਪੇ ਚਾੜਿਆ ਹੈਗਾ। ਅਤੇ ਮੈਂ ਸਾਰੇ ਸਾਥੀਆਂ ਦਾ ਜਿਹੜੇ ਮੇਰੀ ਵਿਦਾਇਗੀ ਪਾਰਟੀ ਵਿੱਚ ਜਿੱਥੇ ਪਹੁੰਚੇ ਆ, ਮੈਂ ਦੁਬਾਰਾ ਧੰਨਵਾਦ ਕਰਦਾ ਹਾਂ। ਥੈਂਕ ਯੂ ਮਾਸਟਰ ਜੀ। ਇੱਕ ਛੋਟਾ ਸਵਾਲ ਆ ਸਰ, ਵੀ ਜਦੋਂ ਵੀ ਕੋਈ ਮੁਲਾਜ਼ਮ ਆਪਣੀ ਡਿਊਟੀ ਜੁਆਇਨ ਕਰਦਾ ਉਸੇ ਦਿਨ ਰਿਟਾਇਰਮੈਂਟ ਡੇਟ ਦੇਖੀ ਜਾਂਦੀ ਹੈਗੀ ਆ। ਜੀ ਸਰ, ਤੁਸੀਂ ਬੜਾ ਭਾਗਾ ਸਮਾਂ ਤੁਹਾਨੂੰ ਮਿਲਿਆ ਪਰਮਾਤਮਾ ਵੱਲੋਂ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਭਾਗਾ ਵਾਲਾ ਹਾਂ ਵੀ ਜਿਹੜੇ
ਅੱਜ ਮੈਨੂੰ ਸਰਵਿਸ 58 ਸਾਲ ਪੂਰੀ ਕਰਨ ਤੋਂ ਬਾਅਦ ਜਾ ਰਿਹਾ ਹੈਗਾ। ਮੈਂ ਕੋਸ਼ਿਸ਼ ਕਰਾਂਗਾ ਇੱਥੇ ਸਕੂਲ 'ਚ ਆਉਂਦਾ ਰਹਾਂਗਾ। ਸਕੂਲ ਦਾ ਸਟਾਫ ਜ਼ਿਆਦਾ ਹੋਊਗਾ? ਹਾਂਜੀ, ਸਕੂਲ ਦਾ ਸਟਾਫ ਤਾਂ ਜ਼ਿਆਦਾ ਆਉਣੇ ਆ ਜੀ, ਕੋਸ਼ਿਸ਼ ਕਰਾਂਗਾ ਜੀ। ਮੈਂ ਤਾਂ ਪਹਿਲਾਂ ਹੀ ਵਾਅਦਾ ਕੀਤਾ ਉਹਨਾਂ ਨੇ ਵੀ ਜ਼ਰੂਰ ਆਉਂਦਾ ਜਾਂਦਾ ਰਹਾਂਗਾ ਲਾਜ਼ਮੀ। ਅਤੇ ਉੱਧਰ ਰੈਪਰ ਡੱਬੇ ਵੀ ਮੈਡਮ ਇਕੱਲੇ ਹੀ ਹੈਗੇ ਆ, ਅਤੇ ਉੱਧਰ ਵੀ ਸਾਥ ਦੇਣਾ ਹੈਗਾ ਥੋੜ੍ਹਾ ਬਹੁਤਾ, ਤਾਂ ਕਿ ਦੋਨਾਂ